ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਵੱਲੋਂ ਤੁਹਾਨੂੰ ਪਲ ਪਲ ਦੀ ਜਿਹੜੀ ਖਬਰ ਹੈਗੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਨੇ ਤੇ ਜਿਹੜੀ ਗਿਣਤੀ ਹੈ ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਦੋ ਅੱਜ ਨਵੇਂ ਜਿਹੜੇ ਤਾਜ਼ਾ ਮਾਮਲੇ ਨੇ ਜਿਹੜੇ ਸਾਹਮਣੇ ਆ ਗਏ ਨੇ ਤੇ ਹੁਣ ਤੱਕ ਪੰਜਾਬ ਦੀ ਜਿਹੜੀ ਟੋਟਲ ਗਿਣਤੀ ਹੈਗੀ 33 ਜਿਹੜੇ ਪੇਸ਼ੈਂਟ ਨੇ ਕੋਰੋਨਾ ਦੇ ਉਹ ਪੋਜ਼ਿਟਿਵ ਪਾਏ ਗਏ ਨੇ। 33 ਮਰੀਜ਼ ਪੋਜ਼ਿਟਿਵ ਪਾਏ ਜਾ ਰਹੇ ਨੇ ਲੇਕਿਨ ਇਸ ਦੇ ਵਿਚਕਾਰ ਜਿਹੜਾ ਕਰਫਿਊ ਲੱਗਿਆ ਹੋਇਆ ਕਰਫਿਊ ਦੇ ਦੌਰਾਨ ਲੋਕਾਂ ਨੂੰ ਕਿਸ ਤਰੀਕੇ ਦੀਆਂ ਸਮੱਸਿਆਵਾਂ ਆ ਰਹੀਆਂ ਨੇ, ਬਹੁਤ ਸਾਰੇ ਲੋਕਾਂ ਦੀਆਂ ਫੋਨ ਕਾਲਸ ਆ ਰਹੀਆਂ ਨੇ। ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਪੂਰੀ ਸਪਲਾਈ ਨਹੀਂ ਮਿਲ ਰਹੀ, ਨਾ ਤਾਂ ਦੁੱਧ ਦੀ ਸਪਲਾਈ ਪ੍ਰੋਪਰਲੀ ਪਹੁੰਚ ਰਹੀ ਹੈ ਤੇ ਨਾ ਸਬਜ਼ੀਆਂ ਦੀ ਸਪਲਾਈ, ਜਿਹੜੀਆਂ ਕਿ ਜ਼ਰੂਰੀ ਰੋਜ਼ਾਨਾ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ। ਤੁਹਾਨੂੰ ਸੁਣਾ ਦਿੰਦੀ ਹਾਂ ਇੱਕ ਆਡੀਓ, ਹਾਲਾਂਕਿ ਬਹੁਤ ਸਾਰੀਆਂ ਫੋਨ ਕਾਲਸ ਮੈਨੂੰ ਆ ਰਹੀਆਂ ਨੇ ਜਿਸ ਦੇ ਸੰਬੰਧ ਵਿੱਚ ਉਹਨਾਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਬੇਨਤੀ ਕਰਨ ਲਈ ਕਿਹਾ ਹੈ ਕਿ ਉਹਨਾਂ ਦੇ ਘਰਾਂ ਤੱਕ ਜਿਹੜੀ ਹੈ ਸਪਲਾਈ ਦਿੱਤੀ ਜਾਵੇ। ਫੇਸ 11 ਦੀ ਇੱਕ ਘਟਨਾ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਇੱਕ ਆਡੀਓ ਤੁਹਾਨੂੰ ਪਹਿਲਾਂ ਸੁਣਾ ਦਿੰਦੀ ਹਾਂ, ਇੱਕ ਵਾਰ ਨਜ਼ਰ ਮਾਰ ਲਓ ਅਤੇ ਸੁਣ ਲਓ ਤੁਸੀਂ ਇਹ ਆਡੀਓ ਕਿ ਲੋਕ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਨੇ। ਸੋ ਤੁਸੀਂ ਆਪ ਸੁਣ ਲਓ ਕਿ ਕਿਸ ਤਰੀਕੇ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ, ਇਹ ਆਡੀਓ ਇੱਕ ਵਾਰ ਤੁਸੀਂ ਸੁਣ ਲਓ ਕਿ ਕੀ ਕਹਿਣਾ ਚਾਹ ਰਹੇ ਨੇ। ਨਹੀਂ ਹੋਏਗੀ ਤੇ ਕੋਈ ਗੱਲ ਨਹੀਂ, ਤੁਹਾਡੇ 45 ਜਿੱਥੇ ਮੇਰੀ ਸਾਰੀ ਸਟਾਫ ਰਹਿੰਦੇ ਆ ਕਹਿ ਰਹੇ ਸਟਾਫ ਸਮਾਨ ਬਹੁਤ ਮਹਿੰਗਾ ਮਿਲ ਰਿਹਾ, ਇਵਨ ਦੁੱਧ ਦਾ ਪੈਕਟ ਵੀ ਡਬਲ ਦਾ ਪ੍ਰਾਈਸ ਮਿਲ ਰਿਹਾ, ਆਪਾਂ ਤੇ ਸਮਾਨ ਹੀ ਨਹੀਂ ਮਿਲ ਰਿਹਾ ਤੇ ਸਿੱਧਾ ਹੀ 20 ਰੁਪਏ ਉੱਪਰ ਹਰ ਚੀਜ਼ ਮਿਲ ਰਹੀ ਹੈ, ਚਾਹੇ ਉਹ ਰਾਸ਼ਨ ਹੈ ਚਾਹੇ ਉਹ ਮਿਲਕ ਦਾ ਪ੍ਰੋਡਕਟਸ ਹੈ। ਔਰ ਖੁੱਲਦਾ ਵੀ 10 ਮਿੰਟ ਵਾਸਤੇ ਖੁੱਲਦਾ ਔਰ ਫਿਰ ਬੰਦ ਹੋ ਜਾਂਦਾ, ਉਹਦੇ ਚ ਲੋਕੀ ਇੰਨਾ ਤੰਗ ਕਰਦੇ 10 ਮਿੰਟ ਚ ਹੀ, ਫਿਰ ਉਹ ਪੁਲਿਸ ਆ ਜਾਂਦੀ ਹੈ ਡੰਡਾ ਮਾਰ ਕੇ ਪਹੁੰਚਾ ਦਿੰਦੀ ਹੈ, ਬਟ ਸਟਿਲ ਦੇ ਆਰ ਗਿਵਿੰਗ ਇਨ ਹਾਈ ਕੋਸਟ। If you have any links, any possibilities to settle the things, please dekh lo agar kuch hai possibility. Thank you. ਸੋ ਗੱਲ ਸੱਚ ਹੈ ਜੀ, ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਆ ਰਹੀਆਂ ਨੇ, ਦੁੱਧ ਬਹੁਤ ਹੀ ਹਰ ਘਰ ਦੀ ਜ਼ਰੂਰਤ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚਿਆਂ ਨੂੰ ਜਿਹੜਾ ਹੈਗਾ ਦੁੱਧ ਦੀ ਜ਼ਰੂਰਤ ਰਹਿੰਦੀ ਹੈ, ਵੱਡਿਆਂ ਨੂੰ ਦੁੱਧ ਦੀ ਜ਼ਰੂਰਤ ਰਹਿੰਦੀ ਹੈ ਕਿਉਂਕਿ ਚਾਹ ਬਣਾਉਣੀ ਹੈ ਜਾਂ ਬੱਚਿਆਂ ਨੇ ਦੁੱਧ ਪੀਣਾ, ਹਰ ਘਰ ਦੀ ਨੈਸੈਸਿਟੀ ਹੈ ਦੁੱਧ। ਲੇਕਿਨ ਜਿਹੜੀ ਦੁੱਧ ਦੀ ਹੀ ਸਪਲਾਈ ਨਹੀਂ ਹੋ ਰਹੀ, ਲੇਕਿਨ ਜੇਕਰ ਹੋ ਵੀ ਰਹੀ ਹੈ ਕਿਤੇ ਕਿਤਾਈ ਤਾਂ ਉੱਥੇ ਜਿਹੜਾ ਹੈਗਾ ਦੁੱਧ ਬਹੁਤ ਮਹਿੰਗਾ ਵੇਚਿਆ ਜਾ ਰਿਹਾ।